ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਦਿਲ ਦੇ ਪਿਆਰਿਓ, ਮੈਂ ਤੁਹਾਡਾ ਆਪਣਾ ਮਲਿਕ ਵਸੀਮ ਅਤੇ ਜੁੜ ਗਿਆ ਤੁਹਾਡੇ ਨਾਲ। ਇੱਕ ਸਿੱਖ ਸਰਦਾਰ ਜਦੋਂ ਅਮੈਰੀਕਨ ਆਰਮੀ ਦੇ ਅੰਦਰ ਭਰਤੀ ਹੋਣ ਵਾਸਤੇ ਗਿਆ ਅਤੇ ਉਹਨੂੰ ਕੇਸ ਕਤਲ ਕਰਵਾਉਣ ਦੀ ਕੰਡੀਸ਼ਨ ਰੱਖੀ ਗਈ। ਸਰਦਾਰ ਨੇ ਆਪਣੇ ਕੇਸ ਕਤਲ ਨਹੀਂ ਕਰਵਾਏ, ਫਿਰ ਉਹਨੂੰ ਕਿਹੜੇ ਕਿਹੜੇ ਪ੍ਰੋਬਲਮਸ ਫੇਸ ਕਰਨੇ ਪਏ, ਕਿਹੜੇ ਕਿਹੜੇ ਮੁਸ਼ਕਲਾਂ 'ਚੋਂ ਉਹ ਗੁਜ਼ਰਿਆ? ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਰਦਾਰ ਦੀ ਪੂਰੀ ਜਰਨੀ ਦੇ ਬਾਰੇ ਜਾਣਾਂਗੇ। ਇਸ ਕਰਕੇ ਵੀਡੀਓ ਦੇ ਨਾਲ ਜੁੜੇ ਰਹੇ ਹੋ। ਸੋ ਚੱਲ ਕੇ ਵੀਡੀਓ ਦੇਖਦੇ ਹਾਂ ਤੇ ਇਸ ਦੇ ਬਾਰੇ ਜਾਣਦੇ ਹਾਂ। ਸਾਰੇ ਧਰਮਾਂ ਦੇ ਵਿੱਚੋਂ ਮੈਂ ਪਹਿਲਾਂ ਮੇਰਾ ਕੇਸ ਸੀਗਾ ਰਿਲੀਜੀਅਸ ਅਕੋਮੋਡੇਸ਼ਨ ਵੇਵਰ ਦਾ। ਗਰੋਇੰਗ ਅਪ ਬਹੁਤ ਜਿਵੇਂ ਦੇਖਿਆ ਮੈਂ ਰੇਸਿਜ਼ਮ ਬਹੁਤ ਫੇਸ ਕੀਤੀ ਆ, ਪਰ ਉਹਦੇ ਨਾਲ ਮੈਨੂੰ ਹੀ ਸਟਰੈਂਥ ਮਿਲੀ ਆ ਜੀ। ਉਹਦੇ ਨਾਲ ਮੈਨੂੰ ਇਹ ਵੀ ਇੱਕ ਮੇਰਾ ਰੀਜ਼ਨ ਸੀਗਾ ਆਰਮੀ ਜੁਆਇਨ ਕਰਨ ਦਾ। ਮੈਂ ਆਰਮੀ ਦੇ ਵਿੱਚ ਵੀ ਜਾਣਾ, ਪਰ ਜਾਣਾ ਵੀ ਜਿਵੇਂ ਸਿੱਖ ਸੱਜ ਕੇ ਆ ਨਾ, ਕਿ ਇੱਕ ਮੈਨੂੰ ਡਰਿਲ ਸਰਜੰਟ ਕਹਿੰਦਾ ਬਈ ਤੈਨੂੰ ਪਿੱਕ ਕਰਨੀ ਪੈਣੀ ਆ, ਬਈ ਜਾਂ ਤੂੰ ਆਪਦਾ ਧਰਮ ਪਿੱਕ ਕਰਨੀ ਜਾਂ ਤੂੰ ਆਪਦਾ ਆਰਮੀ ਪਿੱਕ ਕਰਨੀ। ਮਹਾਰਾਜ ਮੈਂ ਸੱਚੀ ਗੱਲ ਦੱਸਾਂ ਜੀ, ਸਭ ਤੋਂ ਘੱਟ ਮੈਨੂੰ ਰੇਸਿਜ਼ਮ US ਆਰਮੀ ਦੇ ਵਿੱਚ ਫੇਸ ਹੋਣ ਨੂੰ ਮਿਲਿਆ। ਮੇਰੇ ਬੈਸਕਟਬਾਲ ਖੇਡਦੇ ਤੇ ਮੇਰਾ ਉਹ ਪਟਕਾ ਬੰਨਿਆ ਹੁੰਦਾ ਸੀਗਾ, ਕਈ ਵਾਰੀ ਉਹ ਪਟਕਾ ਲੈ ਜਾਣਾ ਤੇ ਉਹਨਾਂ ਨੇ ਗੇਮ ਵਿਚਾਲੇ ਰੋਕ ਕੇ ਉਹਨਾਂ ਨੇ ਕਹਿਣਾ ਵੀ ਉੱਧਰ ਨੂੰ ਦੇਖੋ, ਆਪਦਾ ਮੂੰਹ ਭਰੇ ਕਰੋ ਜਦ ਤੱਕ ਮੈਂ ਵੀ ਮੇਰੇ ਬਾਲ ਰੋਕ ਨਹੀਂ ਹੁੰਦੇ। ਬੰਦੇ ਨੇ ਮੈਨੂੰ ਕਿਹਾ ਸੀਗਾ, ਕਹਿੰਦਾ ਵੀ ਤੈਨੂੰ ਅੱਧੇ ਕੇਸ ਕੱਟਣੇ ਪੈਣੇ ਨੇ, ਤੇ ਫਿਰ ਮੈਂ ਉਹਨੂੰ ਜਵਾਬ ਦਿੱਤਾ ਵੀ ਜੇ ਮੈਂ ਆਪਦੇ ਆਪਦੇ ਗੁਰੂ ਦਾ ਨਹੀਂ ਰਿਹਾ ਜਿਹਦੇ ਬਾਰੇ ਮੈਨੂੰ ਪੂਰੀ ਜ਼ਿੰਦਗੀ ਮੈਨੂੰ ਦੱਸਿਆ ਰਿਹਾ ਵੀ ਮੈਂ ਤੁਹਾਡੀ ਆਰਮੀ ਦਾ ਕਿਵੇਂ ਬਣ ਜੂਗਾ। ਇਹਨਾਂ ਨੂੰ ਜਿਹੜੇ ਰੈਗੂਲਰ ਸੋਲਜਰਸ ਹੁੰਦੇ ਨੇ ਉਹਨਾਂ ਨੂੰ ਸ਼ੇਵ ਕਰਨੀ ਪੈਂਦੀ ਹੈ ਰੋਜ਼ ਹੀ ਰੋਜ਼, ਤੇ ਜੇ ਉਹਨਾਂ ਨੇ ਨਹੀਂ ਸ਼ੇਵ ਕੀਤੀ ਹੁੰਦੀ ਉਹਨਾਂ ਨੂੰ ਵਾਪਸ ਉਹ ਭੇਜ ਦਿੰਦੇ ਸ਼ੇਵ ਕਰਨ ਲਈ। ਤੇ ਇੱਕ ਉਹ ਡਰਿਲ ਸਰਜੰਟ ਆਇਆ ਤੇ ਉਹ ਕਹਿਣ ਲੱਗਿਆ ਜਿਹੜੇ ਜਿਹੜੇ ਬੰਦੇ ਨੂੰ ਦੇਖ ਕੇ ਉਹ ਕਹਿਣ ਲੱਗਿਆ ਵੀ ਇਹਨੇ ਸ਼ੇਵ ਨਹੀਂ ਕੀਤੀ ਵੀ ਤੂੰ ਜਾ ਤੂੰ ਜਾ, ਉਹ ਮੇਰੇ ਵੱਲ ਆਇਆ ਤੇ ਕਹਿੰਦਾ ਵਾਪਸ ਜਾ। ਤੇ ਮੇਰੇ ਜਿਹੜੇ ਆਲੇ ਦੁਆਲੇ ਲੋਕ ਸੀਗੇ ਉਹਨਾਂ ਨੂੰ ਲੱਗਿਆ ਵੀ ਇਹ ਕਹਿ ਰਿਹਾ ਵੀ ਇਹਨੂੰ ਵੀ ਸ਼ੇਵ ਕਰਕੇ ਆ, ਤੇ ਉਹ ਇੱਕਦਮ ਉੱਠ ਖੜੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਗਏ ਬਈ ਹਾਂ ਵੀ ਤੂੰ ਇਹ ਬੰਦੇ ਨੂੰ ਕਹਿ ਨਹੀਂ ਸਕਦਾ ਵੀ ਸ਼ੇਵ ਕਰਨ ਨੂੰ। ਫਿਰ ਉਹਨਾਂ ਨੂੰ ਕਿਹਾ ਵੀ ਹਾਂਜੀ ਨਹੀਂ ਇਹ ਮੈਨੂੰ ਪੇਪਰ ਵਰਕ ਲੈਣ ਨੂੰ ਕਹਿ ਰਿਹਾ ਵੀ ਇੰਨੀ ਕੁ ਯੂਨਿਟੀ ਪੈਦਾ ਹੋ ਗਈ ਸੀਗੀ। ਉਸ ਕਮੈਂਡ ਸਰਜਨ ਮੇਜਰ ਨੇ ਆ ਕੇ 300-400 ਬੰਦੇ ਦੇ ਵਿੱਚ ਕਿਹਾ ਵੀ ਮੇਰੇ ਕੋਲ ਅੱਜ ਇੱਥੇ ਦਾੜੀ ਵਾਲਾ ਬੰਦਾ ਬੈਠਾ ਤੇ ਜਿਹਨੇ ਵੀ ਇਹਨੂੰ ਕੋਈ ਗੱਲ ਕਹੀ ਤੁਸੀਂ ਫਿਰ ਆਪਦੇ ਆਪ ਨੂੰ ਦੇਖ ਲਿਓ। ਕਮਾਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਐਸੇ ਸ਼ਖਸ ਦੇ ਨਾਲ ਜੋ US ਆਰਮੀ ਦੇ ਵਿੱਚ ਸਿੱਖ ਇਮੇਜ ਨੂੰ ਪੋਜ਼ਿਟਿਵਲੀ ਵੱਡੇ ਲੈਵਲ ਦੇ ਉੱਤੇ ਲੈ ਕੇ ਜਾ ਰਹੇ ਨੇ। ਉਹ ਕਾਫੀ ਯੰਗ ਏਜ ਦੇ ਵਿੱਚ US ਆਰਮੀ ਦੇ ਵਿੱਚ ਪੋਸਟਡ ਨੇ। ਬਹੁਤ ਹੀ ਟਾਈਮ ਨਾ ਲੈਂਦਾ ਹੋਇਆ ਮੈਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਣਾ। ਸੁਖਵੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵੀਰ ਸਿੰਘ ਗਰੇਵਾਲ ਵਿਦ US ਆਰਮੀ। ਸੁਖਵੀਰ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਵੀ US ਆਰਮੀ ਦੇ ਵਿੱਚ ਜਿਵੇਂ ਹੋਰ ਯੰਗ ਜਨਰੇਸ਼ਨ ਦੇ ਵਿੱਚ ਜੇ ਕਿਸੇ ਨੇ ਜਾਣਾ ਹੋਵੇ ਤੇ ਕੀ ਰੂਲਸ ਨੇ, ਕਿੱਦਾਂ ਕੀ ਪ੍ਰੋਸੈਸ ਹੈ, ਕਿੱਦਾਂ ਅਪਲਾਈ ਕਰੀਦਾ, ਉਸ ਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ। ਹਾਂਜੀ, ਜਾਣਕਾਰੀ ਬਾਰੇ ਇਹੀ ਹੈ ਜੀ, ਇਹ ਜਿਹੜਾ ਪ੍ਰੋਸੈਸ ਆ ਜਿਹਨੂੰ ਕਹਿੰਦੇ ਆਪਾਂ ਰਿਲੀਜੀਅਸ ਅਕੋਮੋਡੇਸ਼ਨ ਵੇਵਰ ਇਹਨੂੰ ਕਿਹਾ ਜਾਂਦਾ ਹੈ ਪ੍ਰੋਸੈਸ ਨੂੰ, ਤੇ ਇਹ ਇਕੱਲੇ ਸਿੱਖਾਂ ਲਈ ਨਹੀਂ, ਇਹ ਹੋਰ ਧਰਮਾਂ ਲਈ ਵੀ ਸੇਮ ਪ੍ਰੋਸੈਸ ਆ। ਤੇ ਇਸ ਨੂੰ ਜਿਹੜਾ ਆਪਾਂ ਸਟਾਰਟ ਕਰਦੇ ਹਾਂ ਉਹ ਤੁਹਾਡੇ ਰਿਕਰੂਟਰ ਤੋਂ ਸਟਾਰਟ ਹੁੰਦਾ, ਜਿਹੜੇ ਬੰਦੇ ਨੂੰ ਤੁਹਾਨੂੰ ਰਿਕਰੂਟ ਕਰਦੇ ਜੇ ਤੁਸੀਂ ਜਾਣਾ ਹੁੰਦਾ ਆ। ਤੇ ਸਟਾਰਟਿੰਗ ਦੇ ਵਿੱਚ ਤੁਹਾਡੀ ਚੈਪਲਨ ਜਿਹੜਾ ਰਿਲੀਜੀਅਸ ਵਾਲਾ ਪਰਸਨ ਹੁੰਦਾ ਆ ਉਹ ਤੁਹਾਡੀ ਇੰਟਰਵਿਊ ਲਊਗਾ, ਤੇ ਕਾਫੀ ਜਿਵੇਂ ਤੁਹਾਡੇ ਗੁਰਦੁਆਰੇ ਤੋਂ ਤੁਹਾਨੂੰ ਲੈਟਰ ਚਾਹੀਦਾ, ਤੇ ਕਾਫੀ ਚੀਜ਼ਾਂ ਕੁੱਲ ਮਿਲਾ ਕੇ ਪੈਕਟ ਦੇ ਵਿੱਚ ਜਾਂਦੀਆਂ ਨੇ, ਤੇ ਉਹ ਪੈਕਟ ਚਲਾ ਜਾਂਦਾ ਹੈ ਐਡਜੁਟੈਂਟ ਜਨਰਲ ਨੇ ਸਾਈਨ ਕਰਨਾ ਹੁੰਦਾ ਹੈ, ਤੇ ਕਾਫੀ ਵੱਡੀ ਰੈਂਕ ਦੇ ਵਿੱਚ ਉਹ ਜਿਹੜਾ ਬੰਦਾ ਹੁੰਦਾ ਉਹਨੇ ਸਾਈਨ ਕਰਨਾ ਹੁੰਦਾ। ਤੇ ਜਾਂਦੇ ਜਾਂਦੇ ਅਸੀਂ ਇੱਕ ਚੀਜ਼ ਹੁੰਦੀ ਆ ਉਹ ਜਿਹੜੇ ਹਿਸਾਬ ਨਾਲ ਜਾ ਰਿਹਾ ਹੁੰਦਾ ਚੇਨ ਆਫ ਕਮੈਂਡ ਉਹਨੂੰ ਕਹਿੰਦੇ ਆ, ਸ਼ਾਇਦ ਤੁਸੀਂ ਸੁਣੀ ਹੋਵੇ ਗੱਲ। ਤੇ ਚੇਨ ਆਫ ਕਮੈਂਡ ਦਾ ਮਤਲਬ ਇਹ ਹੈ ਵੀ ਪਹਿਲਾਂ ਆਹ ਵਾਲੇ ਰੈਂਕ ਨੂੰ ਜਾਊਗੀ, ਉਸ ਤੋਂ ਬਾਅਦ ਉਦੋਂ ਉੱਤੇ ਵਾਲੇ ਰੈਂਕ ਨੂੰ, ਉਦੋਂ ਬਾਅਦ ਉੱਤੇ ਵਾਲੇ ਰੈਂਕ ਨੂੰ।
ਇਸ ਕਰਕੇ ਕਾਫੀ ਟਾਈਮ ਲੱਗ ਜਾਂਦਾ ਉਸ ਚੀਜ਼ ਨੂੰ ਮੈਨੂੰ ਮੇਰੇ ਵੇਵਰ ਰਿਲੀਜੀਅਸ ਅਕੋਮੋਡੇਸ਼ਨ ਵੇਵਰ ਲੈਣ ਲਈ ਤੇ ਆਲਮੋਸਟ 8 ਮਹੀਨੇ ਲੱਗ ਗਏ ਸੀਗੇ ਤੇ ਪਰ ਉਸ ਦੇ ਨਾਲ ਵਧੀਆ ਗੱਲ ਇਹ ਕੀ ਹੋਈ ਹੈ ਬਈ ਮੇਰੇ ਕੇਸ ਕਰਕੇ ਜਿਹੜੀ ਉਹਨਾਂ ਦੀ ਰੈਗੂਲੇਸ਼ਨ ਸੀ ਮੇਰੀ ਸਟੇਟ ਦੇ ਵਿੱਚ ਓਹਾਇਓ ਦੇ ਵਿੱਚ ਉਹ ਰੈਗੂਲੇਸ਼ਨ ਉਹਨਾਂ ਨੇ ਚੇਂਜ ਕਰਤੀ ਹੁਣ ਜਿਹੜੇ ਆਪਣੇ ਕਈ ਵਾਰੀ ਮੁਸਲਮਾਨ ਵੀਰ ਜਿਹਨਾਂ ਨੇ ਸੇਮ ਉਹ ਕਿਉਂਕਿ ਸੇਮ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ ਮੁਸਲਮਾਨ ਹੋ ਗਏ ਜੂਇਸ਼ ਹੋ ਗਏ ਜੇ ਉਹਨਾਂ ਚੋਂ ਕਿਸੇ ਨੇ ਵੀ ਰਿਲੀਜੀਅਸ ਅਕੋਮੋਡੇਸ਼ਨ ਵੇਵਰ ਲੈਣਾ ਹੋਵੇ ਤੇ ਸੇਮ ਪ੍ਰੋਸੈਸ ਜਿਹੜੀ ਮੇਰੀ ਆ ਉਹਨਾਂ ਦੀ ਲੱਗੂਗੀ ਪਰ ਉਹਨਾਂ ਨੂੰ ਹੁਣ ਘੱਟ ਟਾਈਮ ਲੱਗੂਗਾ ਕਿਉਂਕਿ ਜੇ ਮੇਰੇ ਕੇਸ ਵੱਲ ਉਹਨਾਂ ਨੇ ਦੇਖ ਕੇ ਪ੍ਰੋਸੈਸ ਥੋੜ੍ਹਾ ਜਿਹਾ ਛੋਟਾ ਕਰਦਾ ਕਿਉਂਕਿ ਇਸ ਬੰਦੇ ਨੂੰ ਉਹਨਾਂ ਲੱਗਿਆ ਵੀ ਬਹੁਤ ਟਾਈਮ ਲੱਗਿਆ ਇੰਨਾ ਲੱਗਣਾ ਨਹੀਂ ਚਾਹੀਦਾ ਸੀਗਾ ਖਾਸ ਕਰਕੇ ਮੇਰੇ ਸਾਰੇ ਜਿੰਨੇ ਵੀ ਰਿਕੁਆਇਰਮੈਂਟ ਸੀਗੇ ਸਾਰੇ ਕੰਪਲੀਟ ਸੀਗੇ ਮੇਰਾ ਐਸ ਵੈਬ ਟੈਸਟ ਕਲੀਅਰ ਸੀਗਾ ਮੇਰਾ ਮੈਡੀਕਲ ਕਲੀਅਰ ਸੀਗਾ ਤਾਂ ਵੀ ਕਾਫੀ ਟਾਈਮ ਲੱਗ ਗਿਆ ਅਪਰੂਵ ਹੋਣ ਲਈ ਇਸ ਕਰਕੇ ਉਹ ਜਿਹੜਾ ਪ੍ਰੋਸੈਸ ਆ ਹੁਣ ਉਹਨਾਂ ਨੇ ਉਦੋਂ ਜ਼ਿਆਦਾ ਵੀ ਘਟਾਤਾ ਪਰ ਇਹ ਜਿਹੜਾ ਪ੍ਰੋਸੈਸ ਜਿਹੜਾ ਸਟਾਰਟ ਹੋਇਆ ਇਹ ਪਿਛਲੇ 4-5 ਸਾਲਾਂ ਤੋਂ ਇਹ ਸਟਾਰਟ ਹੋਇਆ ਮੇਰੇ ਵੱਡੇ ਭਾਜੀ ਨੇ ਸਿਮਰਪਾਲ ਸਿੰਘ ਕੈਪਟਨ ਸਿਮਰਪਾਲ ਸਿੰਘ ਉਹਨਾਂ ਦੀ ਹੈਲਪ ਨਾਲ ਵੀ ਉਹਨਾਂ ਨੇ ਵੀ ਬਹੁਤ ਮੇਰੀ ਹੈਲਪ ਕੀਤੀ ਇਸ ਚੀਜ਼ ਦੇ ਵਿੱਚ ਤੇ ਉਹ ਹੋਰਾਂ ਵੀ ਆਪਣੇ ਸਿੱਖਾਂ ਦੀ ਹੈਲਪ ਕਰਦੇ ਨੇ ਪਰ ਇਹ ਪ੍ਰੋਸੈਸ ਨੂੰ ਸਟਾਰਟ ਹੋਏ ਨੂੰ ਇਹ ਪਹਿਲਾਂ ਨਹੀਂ ਸੀ ਹੁੰਦਾ ਪਹਿਲਾਂ ਐਵੇਂ ਹੁੰਦਾ ਸੀ ਕਈ ਆਪਣੇ ਸਿੰਘਾਂ ਨੇ ਜਦੋਂ ਆਪਾਂ ਜੁਆਇਨ ਕਰਨੀ ਮਿਲਟਰੀ ਉਹਨਾਂ ਨੂੰ ਸ਼ੇਵ ਕਰਨੀ ਪੈਂਦੀ ਸੀਗੀ ਕੇਸ ਕਟਾ ਕੇ ਤੇ ਆਪਦੀ ਮਰਜ਼ੀ ਦੇ ਖਿਲਾਫ਼ ਕਈ ਵਾਰੀ ਪਰ ਹੁਣ ਚੇਂਜ ਹੋ ਗਿਆ ਹੁਣ ਬਹੁਤ ਸਾਰੀ ਚੀਜ਼ਾਂ ਚੇਂਜ ਹੋ ਰਹੀਆਂ ਨੇ ਤੇ ਵਧੀਆ ਆਪਣੇ ਲਈ ਸਾਰਿਆਂ ਲਈ ਵਧੀਆ ਇਕੱਲੇ ਆਪਣੇ ਧਰਮ ਲਈ ਨਹੀਂ ਸਾਰੇ ਜਿੰਨੇ ਵੀ ਆਪਣੇ ਧਰਮ ਨੂੰ ਮੰਨਦੇ ਨੇ ਉਹਨਾਂ ਲਈ ਵਧੀਆ ਇਹ ਗੱਲ ਜੀ ਸੁਖਵੀਰ ਜੀ ਸਭ ਤੋਂ ਪਹਿਲਾਂ ਤੁਸੀਂ ਜਿੱਦਾਂ ਜ਼ਿਕਰ ਕੀਤਾ ਕਿ ਵਿੱਚ ਪ੍ਰੋਸੈਸ ਦੇ ਕਈ ਵਾਰੀ ਜਿਹੜੇ ਰਿਲੀਜੀਅਸ ਸੈਰੇਮਨੀ ਦੇ ਥਰੂ ਬੰਦੇ ਜਿਹੜੇ ਰਿਕਰੂਟ ਹੁੰਦੇ ਨੇ ਉਹਨਾਂ ਨੂੰ ਕਈ ਵਾਰੀ ਸ਼ੇਵ ਵੀ ਕਰਨੀ ਪੈਂਦੀ ਸੀਗੀ ਸੋ ਇਹ ਕਾਫੀ ਮਤਲਬ ਹਾਰਡ ਪ੍ਰੋਸੈਸ ਰਿਹਾ ਹੋਣਾ ਓਹਾਇਓ ਦੇ ਵਿੱਚ ਜਿਵੇਂ ਹੁਣ ਤੁਸੀਂ ਕਿਹਾ ਵੀ ਤਬਦੀਲੀਆਂ ਹੋਈਆਂ ਨੇ ਰੀਸੈਂਟਲੀ ਸੋ ਤੁਹਾਡਾ ਰੁਝਾਨ ਜਿਹੜਾ US ਆਰਮੀ ਵੱਲ ਕਿੱਦਾਂ ਹੋਇਆ ਪਹਿਲਾਂ ਮੇਰਾ ਜੀ ਪਹਿਲਾਂ ਤੋਂ ਇਹ ਜਿਵੇਂ ਸੁਪਨਾ ਕਹਿ ਦੋ ਜਿਵੇਂ ਕੁਛ ਵੀ ਕਹਿ ਦੋ ਹਨਾ ਬਈ ਬਈ ਪਹਿਲਾਂ ਤੋਂ ਹੀ ਜਿਵੇਂ ਮੈਨੂੰ ਵਧੀਆ ਲੱਗਦੀ ਸੀਗੀ ਇਹ ਗੱਲ ਵੀ ਮੈਂ ਆਰਮੀ ਦੇ ਵਿੱਚ ਵੀ ਜਾਣਾ ਪਰ ਜਾਣਾ ਵੀ ਜਿਵੇਂ ਸਿੱਖ ਸੱਜ ਕੇ ਹੀ ਆ ਨਾ ਕੇਸ ਆਧਾਰੀ ਹੋ ਗਏ ਮੈਨੂੰ ਐਵੇਂ ਨਹੀਂ ਸੀਗਾ ਬਈ ਮੈਂ ਆਪਦੇ ਕੇਸ ਕਟਵਾ ਦਾ ਮੈਨੂੰ ਜਦੋਂ ਮੈਂ ਪਹਿਲੀ ਵਾਰੀ ਮੈਂ ਆਪਦੇ ਰਿਕਰੂਟਰ ਨੂੰ ਦੇਖਣ ਗਿਆ ਉਹਦੇ ਨਾਲ ਮੀਟਿੰਗ ਹੋਈ ਤੇ ਉਸ ਬੰਦੇ ਨੇ ਮੈਨੂੰ ਕਿਹਾ ਸੀਗਾ ਕਹਿੰਦਾ ਵੀ ਤੈਨੂੰ ਆਪਦੇ ਕੇਸ ਕੱਟਣੇ ਪੈਣੇ ਨੇ ਤੇ ਫਿਰ ਮੈਂ ਉਹਨੂੰ ਜਵਾਬ ਦਿੱਤਾ ਵੀ ਜੇ ਮੈਂ ਆਪਦੇ ਆਪਦੇ ਗੁਰੂ ਦਾ ਨਹੀਂ ਰਿਹਾ ਜਿਹਦੇ ਬਾਰੇ ਮੈਨੂੰ ਪੂਰੀ ਜ਼ਿੰਦਗੀ ਮੈਨੂੰ ਦੱਸਿਆ ਰਿਹਾ ਵੀ ਮੈਂ ਤੁਹਾਡੀ ਆਰਮੀ ਦੇ ਕਿਵੇਂ ਬਣ ਜਾਊਗਾ ਉਹਨਾਂ ਨੂੰ ਇਹ ਗੱਲ ਵੀ ਬਹੁਤ ਜਚੀ ਤੇ ਉਹਨਾਂ ਨੇ ਫਿਰ ਆਪਦੀ ਤੋਂ ਹੀ ਬੈਸਟ ਕੀਤਾ ਟਰਾਈ ਕਰਤੀ ਵੀ ਹਾਂ ਵੀ ਇਸ ਬੰਦੇ ਨੂੰ ਅਸੀਂ ਲੈ ਕੇ ਹੀ ਦੇਣਾ ਵੇਵਰ ਪਰ ਮੇਰਾ ਧਿਆਨ ਆਰਮੀ ਵੱਲ ਸ਼ੁਰੂ ਤੋਂ ਹੀ ਜਿਵੇਂ ਕਹਿ ਦਈਏ ਆਪਣੇ ਹੁਣ ਮੇਰਾ ਮੇਰੇ ਫੁੱਫੜ ਜੀ ਸੀ ਇੰਡੀਅਨ ਆਰਮੀ ਦੇ ਵਿੱਚ ਸੀਗੇ ਉਹਨਾਂ ਤੋਂ ਹੀ ਕਹਿ ਦਓ ਬਾਕੀ ਹੋਰ ਵੀ ਕਾਫੀ ਜਿਵੇਂ ਮੇਰੀ ਮੋਟੀਵੇਸ਼ਨ ਮੈਂ ਨਿੱਕਾ ਹੁੰਦਾ ਹੀ ਹਰੀ ਸਿੰਘ ਨਾਲ ਹੋਇਆ ਜੀ ਬਾਰੇ ਜਰਨੈਲ ਜੁਰਾਵਰ ਮੈਨੂੰ ਸਿੱਖ ਇਤਿਹਾਸ ਬਹੁਤ ਪਸੰਦ ਸੀਗਾ ਤੇ ਸਿੱਖ ਇਤਿਹਾਸ ਜਿਹੜਾ ਵੀ ਹੈਗਾ ਆਪਣਾ ਮਿਲਟਰੀ ਰਿਲੇਟਡ ਬਹੁਤ ਆ ਤੇ ਉਦੋਂ ਬਾਅਦ ਮੈਂ ਪੜ੍ਹਨ ਲੱਗ ਗਿਆ ਵਰਲਡ ਵਾਰ 1 ਵਰਲਡ ਵਾਰ 2 ਉਹਦੇ ਵਿੱਚ ਵੀ ਆਪਣੇ ਬਹੁਤ ਸਿੱਖਾਂ ਨੇ ਕੁਰਬਾਨੀ ਦਿੱਤੀਆਂ ਖਾਸ ਕਰਕੇ ਵਰਲਡ ਵਾਰ 2 ਦੇ ਵਿੱਚ ਪਰ ਆਪਣਾ ਜ਼ਿਕਰ ਉਹਦੇ ਵਿੱਚ ਬਾਲਾ ਕੀਤਾ ਨਹੀਂ ਜਾਂਦਾ ਹੈਗਾ ਤੇ ਪਰ ਉਹ ਗੱਲ ਕਰਦੇ ਵੀ ਮੇਰੀ ਜਿਹੜੀ ਮੈਨੂੰ ਜਿਹੜੀ ਸਭ ਤੋਂ ਵੱਡੀ ਮੋਟੀਵੇਸ਼ਨ ਆਈ ਆ ਉਹ ਆਪਣੇ ਇਤਿਹਾਸ ਤੋਂ ਆਈ ਆ ਵੀ ਹਾਂਜੀ ਵੀ ਜੁਆਇਨ ਕਰਨੀਆਂ ਨੇ ਮਿਲਟਰੀ ਜੀ ਸੋ ਸੁਖੀਰ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਮਤਲਬ ਇਸ ਪ੍ਰੋਸੈਸ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਟਾਈਮ ਲੱਗਿਆ ਅਤੇ ਤੁਸੀਂ ਮਤਲਬ ਸਿੱਖ ਇਤਿਹਾਸ ਨਾਲ ਪੂਰੀ ਵਾਕਿਫ ਹੋ ਅਤੇ ਤੁਹਾਡੇ ਮਤਲਬ ਇੱਕ ਤਰ੍ਹਾਂ ਮੋਟੀਵੇਸ਼ਨ ਸੀਗੀ ਬਟ ਕੀ ਹੋਰ ਜਿੱਦਾਂ ਤੁਹਾਨੂੰ ਚੈਲੇਂਜਸ ਫੇਸ ਕਰਨੇ ਪਏ ਮੈਂ ਤੁਹਾਡੀ ਇੱਕ ਇੰਸਟਾਗ੍ਰਾਮ ਪੋਸਟ ਦੇਖ ਰਿਹਾ ਸੀਗਾ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਵੀ ਕੀਤਾ ਜਿਸ ਬਾਰੇ ਵੀ ਇੱਕ ਪੁਆਇੰਟ 'ਤੇ ਆ ਕੇ ਤੁਹਾਨੂੰ ਤੁਸੀਂ US ਆਰਮੀ ਚੂਜ਼ ਕਰਨੀ ਸੀ ਜਾਂ ਤੁਸੀਂ ਆਪਣਾ ਰਿਲੀਜਨ ਚੂਜ਼ ਕਰਨਾ ਸੀਗਾ ਤੁਸੀਂ ਰਿਲੀਜਨ ਵੱਲ ਗਏ ਸੋ ਇੱਦਾਂ ਦੇ ਹੋਰ ਕੀ ਚੈਲੇਂਜਸ ਆਏ ਤੁਹਾਨੂੰ ਇਸ ਰਾਹ 'ਤੇ ਤੁਰਦੇ ਹਾਂਜੀ ਦੇਖੋ ਜੀ ਆਪਾਂ ਹੁਣ ਹਮੇਸ਼ਾ ਗੱਲ ਇਹ ਕਹਿੰਦੇ ਹਾਂ ਵੀ ਬੰਦੇ ਵਧੀਆ ਵੀ ਹੁੰਦੇ ਨੇ ਤੇ ਬੰਦੇ ਘਟੀਆ ਵੀ ਹੁੰਦੇ ਨੇ ਹਨਾ ਜੀ ਇਹ ਤਾਂ ਜੀ ਆਪਣੀ ਬੰਦੇ ਤੇ ਡਿਪੈਂਡ ਕਰਦਾ ਆ
ਹੁਣ ਮੈਨੂੰ ਕਈ ਇੱਥੇ ਮੇਰੇ ਐਗਜ਼ਾਮਪਲ ਮੈਂ ਦਿੰਦਾ ਹਾਂ, ਜਦੋਂ ਮੈਂ ਆਰਮੀ ਬੇਸਿਕ ਟ੍ਰੇਨਿੰਗ ਮੇਰੀ ਚੱਲ ਰਹੀ ਸੀਗੀ ਅਤੇ ਉਦੋਂ ਪਹਿਲਾਂ ਮੈਂ ਗਿਆ, ਇੱਕ ਮੈਨੂੰ ਡਰਿਲ ਸਰਜੈਂਟ ਕਹਿੰਦਾ ਬਈ ਬਈ ਤੈਨੂੰ ਪਿੱਕ ਕਰਨੀ ਪੈਣੀ ਹੈ, ਬਈ ਜਾਂ ਤੂੰ ਆਪਦਾ ਧਰਮ ਪਿੱਕ ਕਰਨੀ ਜਾਂ ਤੂੰ ਆਪਦਾ ਆਰਮੀ ਪਿੱਕ ਕਰ ਲਈ, ਠੀਕ ਆ। ਉਹ ਮੇਰੇ ਪਹਿਲੇ ਦਿਨ ਉਹਨੇ ਇਹ ਗੱਲ ਮੈਨੂੰ ਕਹੀ ਸੀਗੀ ਅਤੇ ਅੱਜ ਮੈਂ ਉਸ ਬੰਦੇ ਨੂੰ ਵੀ ਬਈ ਆਪਾਂ ਦਿਖਾਉਂਦੇ ਨਹੀਂ ਕਿਸੇ ਨੂੰ, ਪਰ ਉਹ ਮੈਂ ਗੱਲ ਕਰਦਾ ਵੀ ਅੱਜ ਮੈਂ ਦੋਵੇਂ ਕਰ ਰਿਹਾ, ਮੈਂ ਧਰਮ ਵੀ ਆਪਦਾ ਰੱਖਿਆ ਹੋਇਆ ਤੇ ਆਰਮੀ ਦੇ ਵਿੱਚ ਵੀ ਹੈਗਾ। ਕਮਾਲ, ਗ੍ਰੇਟ। ਉਹ ਕਿਹਦੇ ਕਰਕੇ ਪੋਸੀਬਲ ਹੋਇਆ? ਕਿਉਂਕਿ ਚੰਗੇ ਬੰਦੇ ਵੀ ਮੈਨੂੰ ਬਹੁਤ ਆਏ ਨੇ। ਮੇਰਾ ਕਮਾਂਡ ਸਰਜੈਂਟ ਮੇਜਰ ਮੇਰਾ ਕਮਾਂਡ ਸਰਜੈਂਟ ਮੇਜਰ ਹੁੰਦਾ ਸੀਗਾ ਬੇਸਿਕ ਟ੍ਰੇਨਿੰਗ ਤੇ, ਤੇ ਉਸ ਬੰਦੇ ਨੇ ਮੈਨੂੰ ਬਹੁਤ ਜਿਵੇਂ ਮੇਰੀ ਹੈਲਪ ਕੀਤੀ ਹੈ ਨਾ, ਬਈ ਮਾੜਾ ਬੰਦਾ ਤਾਂ ਆਪਾਂ ਦੇਖ ਲਿਆ ਵੀ ਉਹ ਮੈਨੂੰ ਇਹੋ ਗੱਲ ਕਹਿ ਗਿਆ ਸੀਗਾ, ਫਿਰ ਉਦੋਂ ਵੀ ਉੱਤੇ ਵਾਲਾ ਉਹਦਾ ਵੀ ਬਿਲਕੁਲ ਯਾਰ ਕਮਾਲ ਗੱਲ ਹੈ। ਸਾਡੀ ਉੱਥੇ ਬੈਟਰੀ ਹੁੰਦੀ ਹੈ, ਬੈਟਰੀ ਦਾ ਮਤਲਬ ਚਾਰ ਪਲਟੂਨ ਇਕੱਠੀਆਂ ਕਰਕੇ ਇੱਕ ਬੈਟਰੀ ਬਣਦੀ ਆ, ਤੇ ਉਹਦੇ ਵਿੱਚ 300-400 ਬੰਦਾ ਸੀਗਾ। ਉਸ ਕਮਾਂਡ ਸਰਜਨ ਮੇਜਰ ਨੇ ਆ ਕੇ 300-400 ਬੰਦੇ ਦੇ ਵਿੱਚ ਕਿਹਾ ਵੀ ਮੇਰੇ ਕੋਲ ਅੱਜ ਇੱਥੇ ਦਾੜੀ ਵਾਲਾ ਬੰਦਾ ਬੰਦਾ ਬੈਠਾ, ਤੇ ਜਿਹਨੇ ਵੀ ਇਹਨੂੰ ਕੋਈ ਗੱਲ ਕਹੀ ਤੁਸੀਂ ਫਿਰ ਆਪਦੇ ਆਪ ਨੂੰ ਦੇਖ ਲਿਓ। ਹੁਣ ਤੁਸੀਂ ਦੱਸੋ ਵੀ ਇੱਕ ਉਹੀ ਉਹ ਬੰਦੇ ਬੰਦੇ ਦੀ ਇਹ ਗੱਲ ਕਈ ਬੰਦੇ ਹਾਰਡ ਟਾਈਮ ਵੀ ਦੇਣਗੇ, ਕਈ ਬੰਦੇ ਵਧੀਆ ਟਾਈਮ ਵੀ ਦੇਣਗੇ, ਉਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਕਿਵੇਂ ਲੈ ਕੇ ਜਾਣਾ ਆ। ਜੇ ਮੈਂ ਉਹਦੀ ਪਹਿਲੇ ਬੰਦੇ ਦੀ ਗੱਲ ਮੰਨ ਲੈਂਦਾ ਵੀ ਹਾਂਜੀ ਵੀ ਮੈਨੂੰ ਪਿੱਕ ਕਰਨਾ ਪੈਣਾ, ਫਿਰ ਤਾਂ ਜੀ ਇਹ ਫਿਰ ਤਾਂ ਜੀ ਮੇਰਾ ਸਰ ਗਿਆ ਸੀਗਾ। ਇਸ ਕਰਕੇ ਆਪਾਂ ਆਪਾਂ ਕਈ ਵਾਰੀ ਆਪਣੀ ਕਮਿਊਨਿਟੀ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਆ। ਆਪਾਂ ਜੀ ਬਹੁਤ ਹੋਰਾਂ ਨੂੰ ਆਪਾਂ ਇੰਪ੍ਰੈਸ ਕਰ ਦੇ ਵਿੱਚ ਆਪਾਂ ਆਪਣਾ ਪਤਾ ਨਹੀਂ ਲੱਗਦਾ ਵੀ ਆਪਾਂ ਕੀ ਕਰ ਰਹੇ ਹਾਂ ਨੇ। ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਕਈ ਵਾਰੀ ਆਪਦੇ ਤੇ ਤੁਹਾਡੇ ਤੇ ਡਿਸੀਜਨ ਹੁੰਦਾ ਆ, ਤੇ ਤੁਹਾਨੂੰ ਕਿਸੇ ਦੇ ਬਈ ਸੁਣਨ ਦੀ ਲੋੜ ਨਹੀਂ, ਚਾਹੇ ਵਧੀਆ ਹੋਵੇ ਚਾਹੇ ਘਟੀਆ ਹੋਵੇ, ਆਪਦੇ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਕਿਵੇਂ ਰਿਐਕਟ ਕਰਨਾ ਗੱਲ ਦਾ। ਜੀ ਬਿਲਕੁਲ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਮਤਲਬ ਤੁਹਾਨੂੰ ਹਾਰਡ ਟਾਈਮ ਵੀ ਦਿੱਤਾ ਜਾਂਦਾ ਰਿਹਾ ਕਈ ਵਾਰੀ, ਰੇਸ਼ਲ ਪ੍ਰੋਫਾਈਲਿੰਗ ਦਾ ਮਾਮਲਾ, ਕੀ ਯੂਐਸ ਆਰਮੀ ਵਿੱਚ ਇੱਦਾਂ ਦਾ ਕੁਝ ਹੋਇਆ ਤੁਹਾਡੇ ਨਾਲ? ਮਹਾਰਾਜ ਮੈਂ ਸੱਚੀ ਗੱਲ ਦੱਸਾਂ ਜੀ, ਸਭ ਤੋਂ ਘੱਟ ਮੈਨੂੰ ਰੇਸਿਜ਼ਮ ਯੂਐਸ ਆਰਮੀ ਦੇ ਵਿੱਚ ਫੇਸ ਹੋਣ ਨੂੰ ਮਿਲਿਆ। ਵੀ ਇਹ ਜੀ ਰੇਸਿਜ਼ਮ ਦੀ ਜਗ੍ਹਾ ਹੈ ਹੀ ਨਹੀਂ ਜੀ ਯੂਐਸ ਆਰਮੀ ਦੇ ਵਿੱਚ। ਸਾਡੇ ਕੋਲ ਜਿਵੇਂ ਦੇਖੋ ਜੀ ਅਸੀਂ ਭਾਈ ਹਾਂ, ਤੁਸੀਂ ਦੇਖੋ ਤੁਸੀਂ ਉਹਨਾਂ ਬੰਦਿਆਂ ਨਾਲ, ਮੈਂ ਹੁਣ ਜਿੰਨਾ ਮੈਂ ਬੰਦਿਆਂ ਨਾਲ 6 ਮਹੀਨੇ ਰਹਿ ਕੇ ਆਇਆ, ਤੁਸੀਂ ਉਹਨਾਂ ਨਾਲ ਹੀ ਨਹਾਉਣਾ, ਉਹਨਾਂ ਨਾਲ ਹੀ ਸੌਣਾ, ਉਹਨਾਂ ਨਾਲ ਹੀ ਖਾਣਾ ਪੀਣਾ, ਉਹਨਾਂ ਨਾਲ ਹੀ ਉੱਠਣਾ ਬੈਠਣਾ, ਠੀਕ ਹੈ ਜੀ। ਭਾਵੇਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਬੰਦੇ ਨਹੀਂ ਵੀ ਇੱਕ ਦੂਜੇ ਦੇ ਪਸੰਦ ਹੈਗੇ, ਪਰ ਖਾਸਾ ਟਾਈਮ ਬਾਅਦ ਤੁਹਾਡੇ ਵਿੱਚ ਉਹ ਬ੍ਰਦਰਹੁੱਡ ਆ ਜਾਂਦਾ ਜੀ। ਅਗਲਾ ਦੇਖਦਾ ਬਈ ਹਾਂਜੀ ਵੀ ਇਹ ਵੀ ਸਾਡੀ ਟੀਮ ਦਾ ਹਿੱਸਾ, ਇਹਨੂੰ ਵੀ ਅਸੀਂ ਛੱਡ ਸਕਦੇ ਹੈਗੇ। ਕਿਉਂਕਿ ਇੱਕ ਗੱਲ ਬਹੁਤ ਆਰਮੀ ਦੇ ਵਿੱਚ ਫੋਕਸ ਹੁੰਦੀ ਆ ਵੀ ਟੀਮ ਵਰਕ ਕਿਵੇਂ ਕਰਨਾ, ਵੀ ਇੱਕ ਦੂਜੇ ਨਾਲ ਰਲ ਮਿਲ ਕੇ ਕਿਵੇਂ ਰਹਿਣਾ। ਹੁਣ ਮੈਂ ਜੀ ਕਈ ਬੰਦੇ ਇਹੋ ਜਿਹੇ ਵੀ ਦੇਖੇ ਨੇ ਜਿਹਨਾਂ ਨੇ ਅੱਜ ਤੱਕ ਕੋਈ ਵੀ ਆਪਣਾ ਸਰਦਾਰ ਦੇਖੇ ਨਹੀਂ ਹੈਗਾ ਪੂਰੀ ਜ਼ਿੰਦਗੀ, ਮਤਲਬ 90% ਬੰਦੇ ਉੱਥੇ ਇਹੋ ਜਿਹੇ ਹੋਣੇ ਨੇ ਵੀ ਜਿਹਨਾਂ ਨੇ ਸਰਦਾਰ ਕਦੇ ਦੇਖੇ ਨਹੀਂ। ਪਰ ਉਹਨਾਂ ਨੂੰ ਫਿਰ ਜਦੋਂ ਆਪਾਂ ਦੱਸਾਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗਦਾ ਜੀ ਰੇਸਿਜ਼ਮ। ਹਾਂਜੀ ਮਾੜਾ ਮੋਟਾ ਚੱਲਦਾ ਆ, ਸਾਰੇ ਕਿਤੇ ਚੱਲਦਾ ਆ ਹਨਾ, ਰੇਸਿਜ਼ਮ ਤਾਂ ਹੁੰਦਾ ਆ, ਪਰ ਇਹ ਆਪਣੀ ਆਪਣੀ ਡਿਊਟੀ ਆ ਵੀ ਆਪਾਂ ਕਿਵੇਂ ਪ੍ਰੀਜੈਂਟ ਕਰਨਾ ਆ ਉਹਨਾਂ ਨੂੰ। ਬਈ ਆਪਾਂ ਜੇ ਵਧੀਆ ਆਪਾਂ ਜੇ ਹਾਰਡ ਵਰਕਿੰਗ ਆ, ਅਗਲਾ ਤਾਂ ਆਪਦੇ ਆਪ ਸੋਚੂਗਾ ਵੀ ਹਾਂਜੀ ਵੀ ਇਹ ਪੰਜਾਬੀ ਸਰਦਾਰ ਇਹ ਹਾਰਡ ਵਰਕਿੰਗ ਹੁੰਦੇ ਆ। ਹੁਣ ਜੇ ਮੈਂ ਉੱਥੇ ਜਾ ਕੇ ਜੀ ਹੁਣ ਰੋਈ ਪਿੱਟੀ ਜਾਂਦਾ ਵੀ ਹਾਂ ਵੀ ਮੇਰੇ ਨਾਲ ਇਹ ਹੋ ਰਿਹਾ ਹੋਰ ਹੋਇਆ, ਇਸ ਗੱਲ ਦੇ ਵਿੱਚ ਤੁਹਾਨੂੰ ਕੋਈ ਰਿਸਪੈਕਟ ਨਹੀਂ ਦਿੰਦਾ ਹੈਗਾ ਜੀ, ਰਿਸਪੈਕਟ ਅਰਨ ਕਰਨੀ ਪੈਂਦੀ ਆ। ਸੋ ਸੁਖਵੀਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਇਸ ਚੀਜ਼ ਦਾ, ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤੁਸੀਂ ਮਤਲਬ ਸਕੂਲ ਤੋਂ ਲੈ ਕੇ ਹੁਣ ਤੱਕ ਵਲੰਟੀਅਰ ਕਰਦੇ ਆਏ ਕਿ ਮਤਲਬ ਹੋਰ ਤੁਸੀਂ ਐਕਸਟਰਾ ਕਰਿਕੂਲਮ ਜਿਹੜੀ ਐਕਟੀਵਿਟੀਜ਼ ਆ ਜਿਨ੍ਹਾਂ ਦੇ ਵਿੱਚ ਇਨਵੋਲਵ ਰਹੇ? ਹਾਂਜੀ ਮੈਨੂੰ ਜੀ ਬੈਸਕਟਬਾਲ ਬਹੁਤ ਪਸੰਦ ਸੀਗੀ, ਹਾਈ ਸਕੂਲ ਤੋਂ ਲੈ ਕੇ ਮੈਂ ਜੀ ਬੈਸਕਟਬਾਲ ਬਹੁਤ ਖੇਡੀ ਆ ਤੇ ਅੱਜ ਵੀ ਖੇਡਦੇ ਰਹਿੰਦੇ ਆ ਜੀ। ਕਈ ਵਾਰੀ ਸਪੋਰਟਸ ਇੱਕ ਦੂਜੇ ਨੂੰ ਬੰਦਿਆਂ ਨੂੰ ਜੋੜਦੀਆਂ ਨੇ। ਉੱਥੇ ਆਰਮੀ ਦੇ ਵਿੱਚ ਵੀ ਜੀ ਕਈ ਇਹੋ ਜਿਹੇ ਹੁਣ ਅਸੀਂ ਫਰੈਂਡ ਬਣਾਏ ਨੇ ਜਾਂ ਫਿਰ ਜਿਵੇਂ ਕਹਿ ਲਓ ਵੀ ਜਿਹੜੇ ਸਪੋਰਟਸ ਤੋਂ ਬਹੁਤ ਬਣੇ ਨੇ।
ਇਸ ਕਰਕੇ ਇਹ ਜ਼ਰੂਰੀ ਆ ਵੀ ਬੰਦੇ ਨੂੰ ਐਕਸਟਰਾ ਕਰਿਕੁਲਮ ਕਰਨੀਆਂ ਪੈਂਦੀਆਂ ਨੇ ਐਕਟੀਵਿਟੀਜ਼, ਉਹਦੇ ਨਾਲ ਨਾਲੇ ਕੈਮਿਸਟਰੀ ਵੱਧਦੀ ਹੈ, ਨਾਲੇ ਹੋਰਾਂ ਨਾਲ ਵੀ ਤੁਹਾਡਾ ਜਿਵੇਂ ਜਾਣ ਪਹਿਚਾਣ ਬਣਦੀ ਹੈ, ਵੱਧਦੀ ਹੈ ਬੰਦੇ ਦੀ। ਖਾਸ ਕਰਕੇ ਮੈਨੂੰ ਮੈਨੂੰ ਇਹ ਲੱਗਿਆ ਰਹਿੰਦਾ ਵੀ ਜਦੋਂ ਮੈਨੂੰ ਲੋਕ ਦੇਖਦੇ ਨੇ, ਕਈ ਵਾਰੀ ਐਵੇਂ ਹੁੰਦਾ ਮੋਸਟਲੀ ਜਿਹੜੇ ਲੋਕ ਮੈਨੂੰ ਦੇਖਦੇ ਨੇ ਉਹ ਪਹਿਲੀ ਵਾਰੀ ਸਰਦਾਰ ਨੂੰ ਦੇਖ ਰਹੇ ਨੇ, ਮੈਨੂੰ ਆਪਣੀ ਘੱਟ ਟੈਨਸ਼ਨ ਹੁੰਦੀ ਹੈ, ਮੈਨੂੰ ਐਵੇਂ ਹੁੰਦਾ ਵੀ ਹਾਂਜੀ ਵੀ ਪਹਿਲੀ ਵਾਰੀ ਸਰਦਾਰ ਨੂੰ ਦੇਖ ਰਹੇ ਨੇ, ਆਪਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹੋ ਜਿਹੀ ਕੋਈ ਵਧੀਆ ਇਮੇਜ ਕ੍ਰੀਏਟ ਕਰੀਏ ਸਰਦਾਰਾਂ ਬਾਰੇ। ਸੁਖਵੀਰ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਮੈਨੂੰ ਇੱਕ ਚੀਜ਼ ਹੋਰ ਤੁਸੀਂ ਡਿਟੇਲ ਦੇ ਵਿੱਚ ਦੱਸ ਸਕਦੇ ਹੋ ਕਿ ਜਿੱਦਾਂ US ਆਰਮੀ ਦੇ ਵਿੱਚ ਤੁਸੀਂ ਹੁਣ ਟ੍ਰੇਨਿੰਗ ਲਈ ਹੈ, ਅਤੇ ਮਤਲਬ ਤੁਹਾਡੀ ਫੈਮਿਲੀ ਅਤੇ ਕਮਿਊਨਿਟੀ ਵੱਲੋਂ ਕਿੱਦਾਂ ਦਾ ਤੁਹਾਨੂੰ ਰਿਸਪੋਂਸ ਮਿਲਿਆ ਜਦੋਂ ਤੁਸੀਂ ਇਸ ਪਾਸੇ ਵੱਲੋਂ ਤੁਰੇ ਹੋ? ਫੈਮਿਲੀ ਜੀ, ਫੈਮਿਲੀ ਹੋ ਗਈ, ਕਮਿਊਨਿਟੀ ਵੀ, ਇੱਥੇ ਅਸੀਂ ਓਹਾਇਓ ਦੇ ਵਿੱਚ ਰਹਿੰਦੇ ਹਾਂ ਅਤੇ ਕਮਿਊਨਿਟੀ ਜੀ ਬਹੁਤ ਸਪੋਰਟਿਵ ਆ ਇੱਥੇ ਮੈਨੂੰ। ਗੁਰੂ ਘਰ ਮੈਂ ਹੁਣ ਜਾਂਦਾ, ਮੈਂ ਗੇੜਾ ਮਾਰਿਆ ਸੀਗਾ ਪਿਛਲੇ ਹਫ਼ਤੇ, ਹੁਣ ਮੈਂ ਘਰੇ ਆਇਆ ਸੀਗਾ, ਅਤੇ ਬਹੁਤ ਜਿਵੇਂ ਵਧੀਆ ਸਮਝਦੇ ਨੇ ਹੈ ਨਾ ਜੀ, ਪਰ ਕਈ ਵਾਰੀ ਹੁੰਦਾ ਆ ਹਾਂਜੀ ਬਈ, ਕਿਉਂਕਿ ਮੈਂ ਇਕੱਲਾ ਹੀ ਹਾਂ ਮੁੰਡਾ, ਅਤੇ ਕਈ ਵਾਰੀ ਮੇਰੀ ਮਾਤਾ ਜੀ ਨੂੰ ਦੱਸਦੇ ਰਹਿੰਦੇ ਵੀ ਹਾਂਜੀ ਵੀ ਤੁਸੀਂ ਇਕੱਲਾ ਵੀ ਆਰਮੀ 'ਚ ਭੇਜ, ਪਰ ਮੇਰੀ ਮਾਤਾ ਕਹਿੰਦੀ ਰਹੀ ਇਹ ਕੋਈ ਵੀ ਏਡੀ ਗੱਲ ਹੈ ਨਹੀਂ ਗੀ ਹੈ ਨਾ, ਹੁਣ ਜੰਤ ਹੁਣ ਕਈ ਵਾਰੀ ਹੁਣ ਆਪਾਂ ਨੂੰ ਕੀ ਪਤਾ ਲੱਗਦਾ ਰਹਿੰਦਾ ਵੀ ਕੀ ਹੋ ਜਾਣਾ, ਇਸ ਕਰਕੇ ਏਡੀ ਕੋਈ ਗੱਲ ਨਹੀਂ। ਪਰ ਜ਼ਿਆਦਾਤਰ ਜਿਹੜੇ ਲੋਕ ਹੈਗੇ ਵੀ ਨੇ ਸਾਰੇ ਸਪੋਰਟਿਵ ਨੇ ਇੱਕ ਦੂਜੇ ਦੀ, ਹੁਣ ਇੱਥੇ ਬਹੁਤ ਸਾਡੀ ਸਪੋਰਟ ਕਰਦੇ ਨੇ, ਮੇਰੇ ਹੱਕ ਦੇ ਵਿੱਚ ਨੇ ਸਾਰੇ ਲੋਕ, ਉਹਨਾਂ ਨੂੰ ਵੀ ਪਤਾ ਜੀ ਮੈਂ ਕਿਹੜਾ ਕੋਈ ਮਾੜਾ ਕੰਮ ਕਰ ਰਿਹਾ, ਆਪਾਂ ਜਾ ਕੇ ਜੋ ਵੀ ਹੈਗਾ ਆ ਸਰਦਾਰਾਂ ਦਾ ਨਾਮ ਰੋਸ਼ਨ ਕਰੀਦਾ। ਮੇਰਾ ਮੈਨੂੰ ਇਹੀ ਲੱਗਿਆ ਰਹਿੰਦਾ ਵੀ ਜੀ ਵੀ ਜਦੋਂ ਮੈਂ ਆਪਦੇ ਆਪ ਨੂੰ ਪ੍ਰੈਜੈਂਟ ਕਰਦਾ ਮੇਰੀ ਕਮਿਊਨਿਟੀ ਦਾ ਫੇਸ ਆ ਉਹਦੇ ਪਿੱਛੇ, ਕਿਉਂਕਿ ਲੋਕਾਂ ਨੇ ਕਈ ਵਾਰੀ ਦੇਖਿਆ ਨਹੀਂ ਹੁੰਦਾ ਕਈ ਵਾਰੀ ਸਰਦਾਰ, ਇਸ ਕਰਕੇ ਇਹ ਸਾਡੀ ਕਮਿਊਨਿਟੀ ਵੀ ਇੱਥੇ ਬਹੁਤ ਅੰਡਰਸਟੈਂਡ ਕਰਦੀ ਹੈ ਇਹ ਗੱਲ ਨੂੰ। ਤੇ ਬਿਲਕੁਲ, ਜਿਵੇਂ ਫੈਮਿਲੀ ਵਾਂਗੂ ਜੀ, ਸਾਡਾ ਬਹੁਤ ਛੋਟੀ ਜਿਹੀ ਕਮਿਊਨਿਟੀ ਹੈ ਇੱਥੇ ਸਾਡੀ ਨੌਰਥ ਈਸਟ ਓਹਾਇਓ ਦੇ ਵਿੱਚ, ਜਿਵੇਂ ਫੈਮਿਲੀ ਵਾਂਗੂ ਜੀ, ਸਾਰੇ ਇੱਕ ਦੂਜੇ ਨੂੰ ਜਾਣਦੇ ਨੇ, ਬਹੁਤ ਸਪੋਰਟਿਵ ਨੇ ਲੋਕ ਇੱਥੇ ਜੀ। ਸੁਖਵੀਰ, ਜੇ ਜ਼ਿਕਰ ਕੀਤਾ ਜਾਵੇ ਓਹਾਇਓ, ਕਾਫੀ ਮਤਲਬ ਟਰੰਪ ਸਪੋਰਟਰਸ ਦੀ ਕਾਫੀ ਵੱਡੀ ਸਟੇਟ ਮੰਨੀ ਜਾਂਦੀ ਇੱਕ ਤਰ੍ਹਾਂ, ਬਟ ਤੁਹਾਨੂੰ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਇੱਕ ਸਰਦਾਰ ਨੂੰ ਕਿਹਾ ਗਿਆ ਕਿ ਤੂੰ ਕੇਸ ਕਤਲ ਕਰਵਾ ਦੇ ਆਪਣੇ, ਅਤੇ ਫਿਰ ਤੂੰ ਅਮੈਰੀਕਨ ਆਰਮੀ ਦੇ ਅੰਦਰ ਸਿਲੈਕਟ ਹੋ ਸਕਣਾ ਵੈ, ਵੀਰੋ ਇੱਥੇ ਦੇ ਲੋਕਾਂ ਨੂੰ ਕੋਈ ਛੋਟੀ ਜਿਹੀ ਨੌਕਰੀ ਦਾ ਕਹਿ ਦੇਵੇ ਅਤੇ ਉਹਨੂੰ ਜੋ ਮਰਜ਼ੀ ਲੋਕ ਕਹਿਣ ਉਹ ਕੰਮ ਕਰਨ ਨੂੰ ਫੌਰੀ ਤੌਰ 'ਤੇ ਤਿਆਰ ਹੋ ਜਾਂਦੇ ਆ, ਅਤੇ ਬਾਹਰ ਦੇ ਮੁਲਕ USA ਆਰਮੀ ਦੇ ਵਿੱਚ ਅਗਰ ਕਿਸੇ ਨੂੰ ਜੋਬਸ ਮਿਲ ਰਹੀ ਹੋਵੇ ਐਡੀ ਐਗਜੈਕਟਿਵ, ਅਤੇ ਉਹ ਮੇਰੇ ਹਿਸਾਬ ਨਾਲ ਉਹਨੂੰ ਕੋਈ ਵੀ ਅਗਰ ਬੰਦਾ ਕੋਈ ਕਵੇ ਤਾਂ ਫੌਰੀ ਤੌਰ 'ਤੇ ਉਹਦੀ ਸ਼ਰਾਇਤ ਮੰਨ ਲਏਗਾ, ਲੇਕਿਨ ਉਹਨੇ ਆਪਣੇ ਅੱਲਾ ਪਾਕ 'ਤੇ ਯਕੀਨ ਰੱਖਿਆ, ਆਪਣੇ ਧਰਮ ਦੇ ਉੱਤੇ ਯਕੀਨ ਰੱਖਿਆ, ਅਤੇ ਉਹਨੇ ਬਿਲਕੁਲ ਇਨਕਾਰ ਕਰਤਾ, ਕਾਫੀ ਜ਼ਿਆਦਾ ਉਹਨੂੰ ਮੁਸ਼ਕਿਲਾਂ ਫੇਸ ਕਰਨੀਆਂ ਪਈਆਂ, ਲੇਕਿਨ ਉਹ ਪਿੱਛੇ ਨਹੀਂ ਹਟਿਆ। ਵੀਰੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਅਸਲ ਸਾਨੂੰ ਸਬਕ ਮਿਲਦਾ ਨਾ ਕਿ ਜਿੰਨੀ ਮਰਜ਼ੀ ਮੁਸ਼ਕਿਲਾਂ ਆਉਣ ਤਾਂ ਅਗਰ ਤੁਸੀਂ ਹੱਕ 'ਤੇ ਹੈਗੇ ਜੇ, ਅਗਰ ਤੁਹਾਨੂੰ ਪਤਾ ਕਿ ਤੁਸੀਂ ਠੀਕ ਰਾਸਤੇ 'ਤੇ ਚੁਣਾਓ ਕੀਤਾ ਵੈ, ਅਤੇ ਫਿਰ ਤੁਸੀਂ ਕਦੀ ਵੀ ਕਿਸੇ ਵੀ ਪੋਸਟ ਦੇ ਲਾਲਚ, ਕਿਸੇ ਨੌਕਰੀ, ਕਿਸੇ ਅਹੁਦੇ ਜਾਂ ਪੈਸੇ ਜਾਂ ਕਿਸੇ ਦੀ ਡਰ ਦੀ ਵਜ੍ਹਾ ਤੋਂ ਤੁਸੀਂ ਉਹਦੀ ਸ਼ਰਤ ਨਾ ਮੰਨੋ, ਉਹਦੀ ਗੱਲ ਨਾ ਮੰਨੋ, ਬਲਕਿ ਆਪਣੀ ਗੱਲ 'ਤੇ ਡਟੇ ਰਹੋ, ਆਪਣੀ ਗੱਲ ਨੂੰ ਡਿਫੈਂਡ ਕਰੋ, ਅਤੇ ਫਿਰ ਤੁਸੀਂ ਦੇਖੋਗੇ ਕਿਸ ਤਰ੍ਹਾਂ ਅੱਲਾ ਪਾਕ ਦੀ ਜ਼ਾਤ ਵੀ ਤੁਹਾਡੀ ਮਦਦ ਕਰੇਗੀ, ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰ ਦੇਗੀ, ਅਤੇ ਉਹ ਜਿਹੜਾ ਕੰਮ ਹੈ ਤੁਹਾਡੇ ਵਾਸਤੇ ਬੜਾ ਈਜ਼ੀ ਹੋ ਜਾਏਗਾ। ਅਤੇ ਸਰਦਾਰ ਨੇ ਆਪਣੇ ਕੇਸ ਕਤਲ ਨਹੀਂ ਕਰਵਾਏ, ਬਲਕਿ ਆਰਮੀ ਦੇ ਅੰਦਰ ਉਂਝ ਹੀ ਸਿਲੈਕਟ ਹੋਇਆ ਅਤੇ ਹੁਣ ਆਪਣੀ ਸਰਵਿਸਿਜ਼ ਸਰ ਅੰਜਾਮ ਦੇ ਰਿਹਾ ਵੈ, ਬਲਕਿ ਬਾਕੀ ਸਰਦਾਰਾਂ ਵਾਸਤੇ, ਮੁਸਲਮਾਨਾਂ ਵਾਸਤੇ ਵੀ ਉਹਨੇ ਆਸਾਨੀ ਪੈਦਾ ਕੀਤੀ ਹੈ, ਇੱਕ ਰਾਸਤਾ ਬਣਾ ਦਿੱਤਾ ਵੈ, ਅਤੇ ਪੂਰੀ ਜਿਹੜੇ ਸਰਦਾਰ ਹੈ ਉਹਨਾਂ ਨੂੰ ਪ੍ਰਜੈਂਟ ਕਰ ਰਿਹਾ ਵੈ, ਪੂਰੇ ਸਰਦਾਰ ਪੰਜਾਬ ਦਾ ਉਹ ਨਾਮ ਰੋਸ਼ਨ ਕਰ ਰਿਹਾ ਵੈ। ਵੀਰੋ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ, ਆਪਣਾ ਢੇਰ ਸਾਰਾ ਖਿਆਲ ਰੱਖਦਾ ਹਾਂ, ਯਾਦ ਰੱਖਿਓ, ਅੱਲਾ ਹਾਫਿਜ਼।